सीएम साहब गए के हरना ऐसी गए सानू जरा ऐसे प्रशासन वालों रोकिया गया ऐसे जलो चढ़ी है ते इन्हां दी कुड़ियां ने पहला फड़िया फिर इन्हां दा जिहड़ा ओ बिल्लियां दी अखां वाला इन्हां दा हैगा ओ कहिंदा मैनूं ओ अग्गे कहिंदा इहनूं चक के सटदे आ लत नूं हथ लाया चक के सटदे आ लत नूं हथ लाया जद इंसान आप एक अध्यापक आ आउंदा पिया वापस फिर चक के सटण दा की मतलब जदों दो चार टीचर टप गए कि मन बंब ने भी जिहड़े बंब चक्की फिरदे ब्लास्ट हो के सारे नूं डा देणगे इह जिथे आउंदी कोई प्रॉब्लम उत्थे तां इह जांदे नहीं है जे इहदे विच इन्ना गुस्सा भरिया है ते कारगिल चला जावे उत्थे जाके लड़े असीं कई इस इंसान च गुस्सा है ਤੁਹਾਡੀ ਅਫਸਰ ਸ਼ਾਹੀ ਤੇ ਕਮਾਂਡ ਨਹੀਂ ਹੈਗੀ ਜੇ ਨਹੀਂ ਹੈਗੀ ਤੇ ਅਸਤੀਫਾ ਦੇ ਮੁੱਖ ਮੰਤਰੀ ਦੇਖੋ ਮੈਂ ਤਸਵੀਰਾਂ ਜਿਹੜੀਆਂ ਨੇ ਮੋਹਾਲੀ ਤੇ ਚੰਡੀਗੜ੍ਹ ਦੇ ਬਾਰਡਰ ਤੋਂ ਤੁਹਾਨੂੰ ਦਿਖਾ ਰਹੇ ਜਿੱਥੇ ਕੱਚੇ ਟੀਚਰ ਪਹਿਲਾਂ ਟੈਂਕੀਆਂ ਤੇ ਚੜੇ ਸੀਗੇ ਤੇ ਹੁਣ ਚੰਡੀਗੜ੍ਹ ਵੱਲ ਕੁਝ ਕਰ ਰਹੇ ਸੀਗੇ ਤੇ ਗੱਲਬਾਤ ਕਰ ਲੈਂਦੇ ਆ ਆਖਰ ਮਾਮਲਾ ਕੀ ਹੈਗਾ ਜੀ ਸਾਰਾ ਸਾਡਾ ਮਾਮਲਾ ਇਹ ਆ 8393 ਪੋਸਟਾਂ ਦੀ ਭਰਤੀ ਸਰਕਾਰ ਨੇ ਕਰਤੀ ਸੀ ਪਰ ਉਹ ਸਰਕਾਰ ਨੇ ਕੋਟਾਂ 'ਚ ਰੋਲਤੀ ਸਾਡੀ ਮੰਗ ਸੀ ਇਹਨੂੰ ਮਰਜ ਕੀਤਾ ਜਾਵੇ 18 ਸਾਲ ਤੋਂ ਜੋ ਸੰਤਾਪ ਭੁਗਤਦੇ ਪਏ ਅਸੀਂ ਉਹ ਸਾਡੇ ਪੱਕਾ ਰੋਜ਼ਗਾਰ ਬਣੇ ਅਸੀਂ ਰੋਜ਼ ਤਿਲ ਤਿਲ ਮਰਦੇ ਆ ਅੱਜ ਚੰਨੀ ਸਾਹਿਬ ਕੋ ਕਹੀ ਸੀਐਮ ਸਾਹਿਬ ਕਰਕੇ ਹਰਣ ਆਏ ਸੀਗੇ ਸਾਨੂੰ ਜਿਹੜਾ ਇੱਥੇ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਅਸੀਂ ਬੈਰੀਗੇਡ ਟੱਪੇ ਪਰ ਮੇਰੇ ਸਾਥੀਆਂ ਨੇ ਮੈਨੂੰ ਫੋਨ ਤੇ ਕਿਹਾ ਚਲੋ ਤੁਸੀਂ ਵਾਪਸ ਆ ਜਾਓ ਅਸੀਂ ਇੱਥੇ ਬੈਠਨੇ ਆ ਮੈਂ ਉੱਥੋਂ ਵਾਪਸ ਆਈ ਆ ਇੱਥੇ ਜਦੋਂ ਚੜੀ ਆ ਤੇ ਇਹਨਾਂ ਦੀਆਂ ਕੁੜੀਆਂ ਨੇ ਪਹਿਲਾਂ ਫੜਿਆ ਫਿਰ ਇਹਨਾਂ ਦਾ ਜਿਹੜਾ ਉਹ ਬਿੱਲੀਆਂ ਦੀ ਅੱਖਾਂ ਵਾਲਾ ਇਹਨਾਂ ਦਾ ਹੈਗਾ ਉਹ ਕਹਿੰਦਾ ਮੈਨੂੰ ਉਹ ਅੱਗੇ ਕਹਿੰਦਾ ਇਹਨੂੰ ਚੱਕ ਕੇ ਸੱਟਦੇ ਆ ਲੱਤ ਨੂੰ ਹੱਥ ਲਾਇਆ ਚੱਕ ਕੇ ਸੱਟਿਆ ਇਹਨੇ ਮੈਨੂੰ ਇਹ ਕੀ ਮਤਲਬ ਜਦ ਇਨਸਾਨ ਆਪ ਇੱਕ ਅਧਿਆਪਕ ਆ ਆਉਂਦਾ ਪਿਆ ਵਾਪਸ ਫਿਰ ਚੱਕ ਕੇ ਸੱਟਣ ਦਾ ਕੀ ਮਤਲਬ ਇਹਨਾਂ ਨੇ ਸੱਟਾਂ ਵੀ ਉਹੀ ਤੇ ਲਾਈਆਂ ਫਿਰ ਇੱਕ ਅਧਿਆਪਕ ਆ ਜਾਂ ਇੱਕ ਹੀ ਕ੍ਰਿਮੀਨਲ ਆ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਹੈ ਸਸਪੈਂਡ ਕੀਤਾ ਜਾਵੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਇੱਕ ਪਹਿਲੇ ਵੀ ਤਸਵੀਰਾਂ ਵਾਇਰਲ ਹੋਈਆਂ ਸੀਗੀਆਂ ਜਦੋਂ ਪਾਣੀ ਦੀਆਂ ਬੁਛਾੜਾਂ ਹੋਈਆਂ ਇੱਥੇ ਤੇ ਹੁਣ ਵੀ ਮੁੜ ਤੋਂ ਇਹ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਵੱਡੇ ਇਲਜ਼ਾਮ ਲਾਏ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਸਰ ਇਲਜ਼ਾਮ ਨਹੀਂ ਲਜਾਏ ਸਚਾਈ ਆ ਅਸੀਂ ਮਾਣਯੋਗ ਸਾਡੇ ਐਸਪੀ ਸਾਹਿਬ ਖੜੇ ਨੇ ਤੇ ਇਹਨਾਂ ਨੂੰ ਅਪੀਲ ਕਰਦੇ ਆ ਵੀ ਬਣਦੀ ਕਾਰਵਾਈ ਕੀਤੀ ਜਾਵੇ ਇਸ ਅਧਿਕਾਰੀ ਤੇ ਸਾਡੇ ਕੋਲ ਵੀਡੀਓ ਹੈਗੀਆਂ ਜਿੰਦੇ ਚ ਗਾਲਾਂ ਕੱਢ ਰਿਹਾ ਭੈਣਾਂ ਦੀਆਂ ਤੇ ਕੁੜੀ ਨੂੰ ਖਿੱਚ ਕੇ ਚੱਕ ਕੇ ਲੱਤਾਂ ਤੋਂ ਪਾਰ ਸਿੱਟਰ ਮੈਂ ਇਹਨਾਂ ਕੋਲ ਬੇਨਤੀ ਕੀਤੀ ਮੈਂ ਸਰ ਇਹ ਕੁਝ ਸਾਡੇ ਟੀਚਰ ਪਾਰ ਕਰ ਗਏ ਨੇ ਇਹ ਆਂਦੇ ਕੋਈ ਗੱਲ ਨਹੀਂ ਜੇ ਆਪਾਂ ਟਪਾ ਲੈਨੇ ਆ ਜਦੋਂ ਦੋ ਚਾਰ ਟੀਚਰ ਟੱਪ ਗਏ ਕਿ ਮਨ ਬੰਬ ਨੇ ਵੀ ਜਿਹੜੇ ਬੰਬ ਚੱਕੀ ਫਿਰਦੇ ਬਲਾਸਟ ਹੋ ਕੇ ਸਾਰਿਆਂ ਨੂੰ ਡਾ ਦੇਣਗੇ ਇਹ ਜਿੱਥੇ ਆਉਂਦੀ ਕੋਈ ਪ੍ਰੋਬਲਮ ਉੱਥੇ ਤਾਂ ਇਹ ਜਾਂਦੇ ਨਹੀਂ ਇਹ ਜੇ ਇਹਦੇ ਵਿੱਚ ਇੰਨਾ ਗੁੱਸਾ ਭਰਿਆ ਹੈ ਤੇ ਕਾਰਗਿਲ ਚਲਾ ਜਾਵੇ ਉੱਥੇ ਜਾ ਕੇ ਲੜੇ ਅਸੀਂ ਵੀ ਕਈ ਇਸ ਇਨਸਾਨ 'ਚ ਗੁੱਸਾ ਹੈ ਸਾਡੇ ਦੇਸ਼ ਵਾਸਤੇ ਲੜਦਾ ਪਿਆ ਸਾਡੇ ਵਰਗੇ ਜਿਹੜੇ ਬੇਰੋਜ਼ਗਾਰ ਅਧਿਆਪਕ ਨੇ 5-5, 6-6 ਹਜ਼ਾਰ ਰੁਪਇਆ ਲੈ ਰਹੇ ਆ ਉਹਨਾਂ 'ਤੇ ਗੁੱਸਾ ਕੱਢ ਰਿਹਾ ਹੈ ਫਿਰ ਅਸੀਂ ਤਾਂ ਇੱਕ ਮੁੱਖ ਮੰਤਰੀ ਨੂੰ ਸਵਾਲ ਕਰਾਂਗੇ ਵੀ ਤੁਹਾਡੇ ਰਾਜ ਦੇ ਵਿੱਚ ਆਹ ਰਾਜ 'ਚ ਆਹ ਗੁੰਡਾ ਰਾਜ ਚੱਲ ਰਿਹਾ ਹੈ ਤੁਹਾਡੀ ਅਫਸਰਸ਼ਾਹੀ 'ਤੇ ਕਮਾਂਡ ਨਹੀਂ ਹੈਗੀ ਜੇ ਨਹੀਂ ਹੈਗੀ ਤਾਂ ਅਸਤੀਫਾ ਦੇ ਮੁੱਖ ਮੰਤਰੀ ਤਾਂ ਅਸੀਂ ਐਸਐਸਪੀ ਸਾਹਿਬ ਤੋਂ ਤੇ ਮਾਣਯੋਗ ਸਾਡੇ ਐਸਪੀ ਸਾਹਿਬ ਸਾਹ ਕੜੇ ਨੇ ਇਹਨਾਂ ਦੇ ਬਣ ਦੀ ਕਾਰਵਾਈ ਕੀਤੀ ਹੈ ਜੇ ਨਹੀਂ ਕਾਰਵਾਈ ਹੋ ਗਈ ਅਸੀਂ ਨਹੀਂ ਜਾਵਾਂਗੇ ਧਰਨਾ ਜਾਰੀ ਰੱਖਾਂਗੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਲੇਡੀਜ਼ ਦੇ ਨਾਲ ਮੈਂ ਇਹੀ ਕਹਿਣਾ ਜੋ ਲੇਡੀਜ਼ ਨਾਲ ਹੋਇਆ ਇਹ ਸ਼ਰਿਆਮ ਧੱਕਾ ਹੋਇਆ ਇਹਨਾਂ ਨੂੰ ਇਹ ਜਥੇਬੰਦਕ ਤੌਰ ਤੇ ਨਹੀਂ ਰੋਕਿਆ ਗਿਆ ਨਿੱਜੀ ਤੌਰ ਦੇ ਉੱਤੇ ਟਾਰਗੇਟ ਕਰਕੇ ਲੱਤ ਤੋਂ ਫੜ ਕੇ ਸਲਵਾਰ ਖਿੱਚੀ ਗਈ ਹੈ ਜਿਹੜਾ ਕਿ ਨਿੱਜੀ ਤੌਰ ਦੇ ਉੱਤੇ ਇਹ ਹਰਾਸ਼ਮੈਂਟ ਹੈ ਇਹ ਲੇਡੀਜ਼ ਨਾਲ ਧੱਕੇਸ਼ਾਹੀ ਹੈ ਜੇ ਕਿਸੇ ਲੇਡੀਜ਼ ਨਾਲ ਧੱਕੇਸ਼ਾਹੀ ਹੋਊਗੀ ਜਿਵੇਂ ਤੁਸੀਂ ਕਾਰਵਾਈ ਕਰਾਉਣੀ ਹੋ ਨਾ ਪੁਲਿਸ ਕਰਦੀ ਹੈ ਕਿਸੇ 376 ਦੇ ਉੱਤੇ ਕਰਦੀ ਹੈ ਅਸੀਂ ਸਿੱਧੀ ਕਰਾਂਗੇ ਮੰਗ ਇਹਦੇ ਉੱਤੇ ਵੀ ਇਹਦੇ ਉੱਤੇ FIR ਵੱਖਰੀ ਹੋਵੇ ਅਤੇ ਸਸਪੈਂਡ ਵੱਖਰਾ ਹੋਵੇ ਇਹ ਬੰਦਾ ਨਾਲ ਇਹਨੂੰ ਐਡੀ ਕਿੱਡੀ ਕੁ ਤਕਲੀਫ ਚੜੀ ਸੀ ਇਹ ਪਾਕਿਸਤਾਨ ਦੇ ਬਾਰਡਰ ਤੇ ਲਾ ਦਿਓ ਜੇ ਇਹਨੂੰ ਜ਼ਿਆਦਾ ਤਕਲੀਫ ਚੜੀ ਹੈ ਤਾਂ ਅਸੀਂ ਸ਼ਰਿਆਮ ਕਹਿੰਦੇ ਇਹ ਬੰਦਾ ਗਾਲਾਂ ਕੱਢਦਾ ਸਾਡੀਆਂ ਲੇਡੀਜ਼ ਟੀਚਰ ਨੂੰ ਅਸੀਂ ਘਰ ਪਰਿਵਾਰ ਵਾਲੇ ਆ ਅਸੀਂ ਨੌਕਰੀ ਲੈਣ ਆਏ ਆ ਅਸੀਂ ਇੱਜ਼ਤ ਨਾਲ ਖਿਲਵਾੜ ਨਹੀਂ ਹੋਣ ਦੇਵਾਂਗੇ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲੇਡੀਜ਼ ਦੇ ਨਾਲ ਇੱਧਰ ਜੋ ਲੇਡੀਜ਼ ਦੇ ਉੱਤੇ ਹੋਇਆ ਹੈ ਅਤਿਆਚਾਰ ਹੋਇਆ ਜਿਸ ਤਰ੍ਹਾਂ ਲੱਤਾਂ ਤੋਂ ਫੜ ਕੇ ਖਿੱਚਿਆ ਗਿਆ ਹੈ ਸੁੱਟਿਆ ਗਿਆ ਹੈ ਜਿੰਨੇ ਵੀ ਸੁੱਟਿਆ ਉੱਤੇ ਬੰਦੀ ਕਾਰਵਾਈ ਹੋਵੇ ਜਿਸ ਵੀ ਬੰਦੇ ਨੇ ਸੁੱਟਿਆ ਆ ਜਿਸ ਤਰ੍ਹਾਂ ਵੀ ਲੱਤਾਂ ਤੋਂ ਫੜਿਆ ਜਾਂ ਖਿੱਚਿਆ ਗਿਆ ਜਾਂ ਨਾਲ ਸਲਵਾਰ ਖਿੱਚੀ ਗਈ ਜਿਸ ਤਰ੍ਹਾਂ ਵੀ ਹੋਇਆ ਸਰ ਉੱਤੇ ਬੰਦੀ ਦਾ ਸਸਪੈਂਡ ਕੀਤਾ ਜਾਵੇ ਉਹ ਬੰਦਾ ਬਸ ਨੂੰ ਸਾਡੇ ਨਾਲ ਕੌਣ ਕਿਹੜੀ ਭੈਣ ਆਊਗੀ ਸਾਡੇ ਇਸ ਅੰਦੋਲਨ ਦੇ ਵਿੱਚ ਵੀ ਉੱਥੇ ਤੇ ਆਹ ਕਾਰਵਾਈ ਹੁੰਦੀ ਕੌਣ ਕੱਲੂਗਾ ਇੱਥੇ ਕੋਈ ਨਹੀਂ ਇਸ ਤਰ੍ਹਾਂ ਦੀ ਨੌਕਰੀਆਂ ਪੱਕੀਆਂ ਕਰਾਉਣ ਆਏ ਇੱਜ਼ਤਾਂ ਹੌਲੀਆਂ ਕਰਾਉਣ ਨਹੀਂ ਆਏ ਇੱਜ਼ਤਾਂ ਦੀ ਜਦੋਂ ਗੱਲ ਆਊਗੀ ਅਸੀਂ ਇੱਕ ਡਾ ਕੇ ਮੂਹਰੇ ਖੜਾਂਗੇ ਤੇ ਇਹ ਜਾਨੂੰ ਫਿਰ ਅਸੀਂ ਜੇ ਬਣਦੀ ਕਾਰਵਾਈ ਪ੍ਰਸ਼ਾਸਨ ਨਾ ਕਰੂਗਾ ਤਾਂ ਇੱਕ ਵਾਰੀ ਇਹਨੂੰ ਇੱਧਰ ਛੱਡ ਦਿਓ ਫਿਰ ਸਿੱਧੀ ਸ਼ਰਿਆਮ ਕਹਿੰਦੇ ਆ ਇਸ ਗੱਲ ਅਸੀਂ ਇੱਜ਼ਤਦਾਰ ਪਰਿਵਾਰਾਂ ਤੋਂ ਬਿਲੋਂਗ ਕਰਦੇ ਨੌਕਰੀਆਂ ਵਾਸਤੇ ਆਏ ਹਾਂ ਅਸੀਂ ਆਪਣੀ ਵਿਦਿਅਕ ਯੋਗਤਾ ਨਾਲ ਜੇ ਭਰਤੀ ਹੋਇਆ ਹੁੰਦਾ ਤਾਂ ਸ਼ਾਇਦ ਇਹੋ ਜਿਹੀ ਖਿਲਾਉਣੀ ਹਰਕਤ ਨਾ ਕਰਦਾ ਡੈਥ ਕੇਸ 'ਚ ਭਰਤੀ ਹੋਇਆ ਹੋਏਗਾ ਮੈਂ ਕਲੀਅਰ ਦੱਸ ਰਿਹਾ ਇਹੋ ਜਿਹੀ ਨੀਚ ਹਰਕਤ ਉਹ ਕਰਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਵਿੱਦਿਆ ਦੀ ਅਸਲ ਦੇ ਵਿੱਚ ਅਧਿਆਪਕ ਦਾ ਰੁਤਬਾ ਕੀ ਹੈ ਡੈਥ ਕੇਸ 'ਚ ਭਰਤੀ ਹੋ ਗਏ ਇਹੋ ਜਿਹੀਆਂ ਨੀਚ ਹਰਕਤਾਂ ਕਰਨ ਵਾਲੇ ਨੇ ਇਹ ਮੁਲਾਜ਼ਮ
देखो जी एस एस पी गलबात की है असी कहा भी जिहड़े अधिकारी ने साडी लेडीज मैडम नाल धक्का कीता है उहदी सलवार फड़ के उहनूं डिग्गिया है उस ते बनदी तुरंत कार्रवाई की जाए जेकर इत्थे बनदी तुरंत कार्रवाई नहीं की जाती इत्थे लोकतंत्र का पूरा घाणा है इत्थे गुंडावाज कहांगे असी तां भी जिहड़े लोग अपने हकां दे लई हक मंगण आउंदे ने उहनां दे बहुत ज़्यादा तसद्दद किया जाता है एक धीआं भैणां दी जिहड़ी इज्जत है ਉਹ ਉਸ ਤੇ ਇੱਕ ਇਹ ਇੱਕ ਸਵਾਲੀਆ ਚਿੰਨ ਹੈ ਇਸ ਕਰਕੇ ਜੇਕਰ ਬੰਦਾ ਨਾਲ ਦੀ ਨਾਲ ਸਾਨੂੰ ਇਨਸਾਫ ਦਿੱਤਾ ਜਾਵੇ ਉਸ ਅਧਿਕਾਰੀ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਐਸ ਐਸ ਪੀ ਸਾਹਿਬ ਨਾਲ ਹੁਣੇ ਗੱਲ ਕਰਕੇ ਡੀ ਐਸ ਪੀ ਸਾਹਿਬ ਨੂੰ ਤੁਸੀਂ ਇਹੀ ਮੈਕ ਮੇਰੇ ਤੋਂ ਬਾਅਦ ਉਹਨਾਂ ਕੋਲ ਲੈ ਕੇ ਜਾਇਓ ਐਸ ਪੀ ਸਾਹਿਬ ਖੜੇ ਨੇ ਉਹ ਐਸ ਐਸ ਪੀ ਨਾਲ ਗੱਲ ਕਰਨ ਡੀ ਜੀ ਪੀ ਤੋਂ ਕਹਿ ਕੇ ਬੰਦਾ ਸਸਪੈਂਡ ਹੋਣਾ ਚਾਹੀਦਾ ਅਸੀਂ ਤਾਂ ਵਾਪਸ ਮਵਾਵਾਂਗੇ ਨਹੀਂ ਤਾਂ ਅਸੀਂ ਅੱਗੇ ਵਧਾਂਗੇ ਬਸ ਇੰਨਾ ਕਿ ਮੇਰਾ ਤਾਂ ਪੁੱਛਣਾ ਸੀ ਵੀ ਜਿਹੜਾ ਬੰਦਾ ਜਨਾਨੀਆਂ ਨਾਲ ਲੜਦਾ ਹੈ ਪੁਲਿਸ 'ਚ ਭਰਤੀ ਜਨਾਨੀਆਂ ਨਾਲ ਲੜਨ ਲਈ ਕੀਤਾ ਕਿ ਬੰਦਿਆਂ ਨਾਲ ਲੜਨ ਲਈ ਰੋਕਣ ਲਈ ਕੀਤਾ ਹੈ हाँ असि क्राइम नहीं कर रहे क्रिमिनल लोगों ए डील किया जाता असं टीचर हाँ असी पढ़ी लिखी जमात हैं असी क्राइम नहीं किया कोई भी क्राइम क्रिमिनल नहीं हैगी हरप्रीत मैडम जिन्होंने ये चक के मारे क्रिमिनल लोग होंगे जिन्होंने ये डील करते होंगे इन्होंने एजुकेटड जमात न डील कर रहे हैं ये बंद डील कर सू तो किस तरह देखते हो तुम किस तरह देखते हो थोड़े सामने सारी चीज़ा हुई हैं सर ये बहुत मंदभागी घटना हुई है कि साडे मैडम सिर्फ एक लेडी सीगे जिहड़े उधर चले गए सी उहनां दा की मतलब सीगा कि जेंट्स ने आके लेडीज़ नूं हत्थ पाया जे इहनां दी लेडीज़ पुलिस इहनां कोल नहीं हैगी तां इह पिछे हो जा करन ये जेंट्स नूं हर एक बारी अगे कर दिंदे ने जिस दिन असीं उस दिन पहले दिन भी आके गेट बंद कीते सी उस दिन भी साडे नाल जेंट्स ने आके टाकरा कीता की गल इहनां कोल लेडीज़ पुलिस दी घाट आ ये बहुत गलत किया जी साडे नाल धक्का कर रही है सरकार साडे नाल पहले भी पेट्रोल दी बोतलां लैके तुसीं चढ़े सीगे ते उस तो बाद भी नौकरी नहीं मिली ते हुण सीएम भी चेंज हो गया किन्नी उम्मीदां ने तुहानूं ये उम्मीदा जिमें पहला सरकार लारे ला गई सानू उवें ही लगता जिमें इन्हों का प्रशासन का हाल आ उवें सरकार का हाल आ क्योंकि ये सानू क्रिमिनल सोचते हैं ये अध्यापक सानू सोचते ही नहीं आ जे अध्यापक सोचते होंगे ना तो सड़कों पर थां 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 थानू धक्के खाने की लोड़ ना पैंदी असी वो अध्यापक हाँ जो समाज सिरजदा जो एक बच्चे चंगा जिहड़ा वातावरण दिंदा उहनू सिखाउंदा कि किवें उहदियां चंगियां आदतां पर असी इत्थे देखण नू मिलिया जे सरकारां ही इवें दियां होणगियां प्रशासन ही इवें दा होएगा फिर मैनू नहीं लगता जिहड़े हालात आ सुधर सकदे आ उह होर विगड़दे ही जाणगे क्योंकि अध्यापक एक सिरजनहार आ जे अध्यापक ने इदां दा धक्का होएगा तो फिर मैनू लगता नहीं कि भला हो सकदा बिल्कुल जी बच्चे भी अजकल देखते होंगे कि पुलिस प्रशासन किवें दा व्यवहार करती है तो जिहड़ियां सरकारां किवें दा करदियां तो मैनू नहीं लगता अजकल दी पीढ़ी चो कोई टीचर उठ के बनेगा क्योंकि अजकल दे बच्चे कह देंदे आ भाई अध्यापकों नू हमेशा डंडे ही मिलते हैं भी अध्यापक ना बनो कट्टो कटाइलिट्स करके बाहर चल जाओ मैनू नहीं लगता इत्थे कोई रहेगा पर वतीरा किस तरह देख दो एक तरफ नौकरी मंगण आए हो हक लैण आए हो दूजी तरफ हत्थ ते भी तुहाडे सट लगी है मतलब सारी चीज़ां किस तरह देखदे हो आखिर हो की रहा पंजाब दे विच असी सीएम साहब नू जे घेरन चले ही ना तो सीएम साहब भी साडे बनाए हुए आ जनता दे बनाए हुए आ साडे मुलाजम आ ओ कोई है नहीं कि कुर्सी ते बैठे आ किसे होर ने बनाते जनता दे बनाए आ असी जा सकदे आ पर जिहड़ा प्रशासन रोक के इदां दी धक्केशाही करदा जां कहिंदा कि इहनां नू चक चक के सुट्टो ये कनखेदी करदे आ इस चीज़ की जिन्हें ये हरकत की आ मैनू लगता उहनू माफ़ी मंगनी भी चाहीदी आ नहीं मंगदे इस बंदे नू सस्पेंड करना चाहीदा क्योंकि ये हालात इत्थे भी इदां दे बनदे आ जे आपां मोहाली गेट ते बैठने आ ते उत्थे भी इदां ही हुंदा आ नाम तो नहीं मैनू पता इत्थे खड़े हुए आ डीएसपी ते देख सकते हो तस्वीरां इस समय मोहाली ते चंडीगढ़ बॉर्डर दियां तुहानूं दिखा रहे हां हालांकि जिहड़े टीचर ने इह वड्डे लंबे समय तो पिछले दिनों दे विच सिक्ख्या विभाग के बार भी बैठे हुए थे पेट्रोल दी बोतलां लैके उत्ते भी चढ़े थे कितना कितने दबाव पाने की भी इन्होंने कोशिश की पर अज सीएम चन्नी नूं घेरन चले सी तां जो एक लेडी बैरीगेड ते चढ़ते ने तो उन्होंने कितना कितने इन्हां वल्लों वड्डे इल्जाम लगाए जा रहे हैं कि एक पुलिस के ऑफिसर ने इन्हां नूं फड़िया तो साफ तौर पर कहा कि इन्हां नूं फड़ के सिट्टो तो इन्हां वल्लों वड्डे इल्जाम लगाए जा रहे हैं पर इस सब नूं लैके तो पंजाब के जिहड़े टीचर ने उन्हां दे नाल जिद्दां दा वतीरा हो रहा क्योंकि पिछले 80 दिनों तो ज़्यादा इधर भी बैठे सीगे मोहाली दे विच ते इस सब नूं लैके तुसीं की सोचते सानूं कमेंट बॉक्स दे विच कमेंट करके जरूर दस्सो वीडियो जर्नलिस्ट गुरविंदर दे नाल जवर्मा दा समा न्यूज़ मोहाली।